ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ। ਹੋਰ ਸੁਣਾਓ ਜੀ, ਸਾਰੇ ਕਿਵੇਂ ਹੋ? ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ, ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ, ਰਾਜ਼ੀ ਖੁਸ਼ੀ ਹੋਵੋਗੇ। ਹਾਂਜੀ, ਅੱਜ ਦਿਨ ਹੈਗਾ ਜੀ ਮੰਡੇ ਦਾ, ਅਤੇ ਮੈਂ ਲੱਗ ਗਈ ਸੀਗੀ ਮੋਰਨਿੰਗ ਮੋਰਨਿੰਗ ਬੱਚਿਆਂ ਨੂੰ ਸਕੂਲ ਭੇਜਤਾ ਸੀਗਾ, ਅਤੇ ਸਹਿਜ ਦੇ ਪਾਪਾ ਵੀ ਚਲੇ ਗਏ ਸੀਗੇ ਅੱਜ ਜਲਦੀ, ਹੈ ਨਾ। ਉਹ ਅੱਜ ਆਪਣੇ ਸਹੁਰੇ ਗਏ ਸੀਗੇ, ਦੇਖ ਲਓ ਮੈਨੂੰ ਛੱਡ ਕੇ ਆਪਣੇ ਸਹੁਰਿਆਂ ਦੇ ਗਏ ਆ। ਕੋਈ ਹੈਗਾ ਇੰਨਾ ਪਿਆਰ ਕਿਸੇ ਦਾ? ਕਿਸੇ ਦਾ ਇੰਨਾ ਪਿਆਰ ਹੈਗਾ ਜਿਹੜਾ ਵੀ ਆਪਣਾ ਕੁੜੀ ਘਰ ਬੈਠੀ ਹੋਊਗੀ ਅਤੇ ਜਵਾਈ ਸਹੁਰੇ ਜਾ ਕੇ ਸਹੁਰਿਆਂ ਨੂੰ ਮਿਲ ਕੇ ਆਊਗਾ, ਹੈ। ਅਤੇ ਜ਼ੈਦ ਪਾਪਾ ਨੂੰ ਉੱਧਰ ਕੰਮ ਸੀਗਾ ਤਾਂ ਕਰਕੇ ਫਿਰ ਗਏ ਹੋਏ ਸੀਗੇ, ਅਤੇ ਮੇਰਾ ਥੋੜ੍ਹਾ ਜਿਹਾ ਉੱਥੇ ਸਮਾਨ ਪਿਆ ਸੀਗਾ ਉਹ ਲੈਣ ਗਏ ਸੀਗੇ ਨਾਲੇ, ਹੈ ਨਾ। ਅਤੇ ਉਹ ਫਿਰ ਜਲਦੀ ਚਲੇ ਗਏ ਸੀਗੇ, ਅਤੇ ਉਸ ਤੋਂ ਬਾਅਦ ਜੀ ਆਪਾਂ ਫਰਿੱਜ ਦਾ ਅੱਗੇ ਸੀਗੇ ਅੱਜ ਸਾਫ਼ ਕਰਨ। ਫਰਿੱਜ ਮੇਰੀ ਕਾਫ਼ੀ ਮੈਟ ਖਰਾਬ ਹੋਏ ਹੋਏ ਸੀਗੇ ਜਿਹੜੇ ਵਿੱਚ ਵਿਛਾਏ ਹੋਏ ਨੇ, ਹੈ ਨਾ, ਫਰਿੱਜ ਦੇ ਮੈਂ। ਅਤੇ ਉੱਪਰੋਂ ਮੈਂ ਕਰਤੀ ਸੀਗੀ, ਅਤੇ ਉੱਪਰਲਾ ਖਾਨਾ ਇੱਕ ਆਹ ਵੀ ਕਰਤਾ ਸੀਗਾ, ਅਤੇ ਬਾਕੀ ਨੀਚੇ ਨੀਚੇ ਰਹਿ ਗਈ ਸੀਗੀ ਆ ਸਾਈਡ ਤੋਂ ਟਾਕੀ ਆ ਜਿਹੜੀ, ਇਹ ਵੀ ਸਾਰੀ ਸਾਫ਼ ਕਰਤੀ ਜਿੱਥੇ ਬੋਟਲਸ ਵਗੈਰਾ ਰੱਖਦੇ ਹਾਂ ਆਪਾਂ। ਇਹਨੂੰ ਚੰਗੀ ਤਰ੍ਹਾਂ ਮੈਂ ਕਲੀਨ ਕਰ ਲਿਆ ਸੀਗਾ, ਅਤੇ ਜਿਹੜੀਆਂ ਰਾਤ ਸਬਜ਼ੀਆਂ ਵਗੈਰਾ ਲਿਆਂਦੀਆਂ ਸੀ ਮੈਂਗੋਸ ਵਗੈਰਾ, ਉਸ ਮੈਂ ਵਾਸ਼ ਕਰਕੇ ਨਾ ਅੰਦਰ ਰੱਖੇ ਹੋਏ ਸੀਗੇ ਪੱਖੇ ਦੇ ਨੀਚੇ। ਮੈਂ ਕਿਹਾ ਚਲੋ ਵੀ ਸੁੱਕ ਜਾਣਗੇ, ਹੈ ਨਾ। ਇਹ ਜਿਹੜੇ ਮੈਟ ਆ ਨਾ, ਫਿਰ ਮਤਲਬ ਕਿ ਫਰਿੱਜ ਜ਼ਿਆਦਾ ਗੰਦੀ ਨਹੀਂ ਹੁੰਦੀ, ਫਿਰ ਮੈਟ ਵਗੈਰਾ 'ਤੇ ਜੋ ਕੁਛ ਗਿਰਨਾ ਵੀ ਹੁੰਦਾ ਨਾ, ਫਿਰ ਮੈਟ ਵਗੈਰਾ 'ਤੇ ਗਿਰ ਜਾਂਦਾ ਹੁੰਦਾ, ਹੈ ਨਾ, ਜਿਵੇਂ ਕੋਈ ਵੀ ਚੀਜ਼ ਹੁੰਦੀ ਆ। ਅਤੇ ਇਹ ਨਾ ਮੈਟਸ ਮੈਂ ਰੋਲ ਇਹ ਲਿਆਈ ਸੀਗੀ ਪੂਰਾ, ਮਤਲਬ ਕਿ ਜੇ ਮੈਂ ਮੈਟ ਲੈਂਦੀ ਸੀ ਨਾ ਉਹ ਛੋਟੇ ਰਹਿੰਦੇ ਸੀਗੇ, ਕਿਉਂਕਿ ਇਹ ਫਰਿੱਜ ਜਿੱਡੇ ਹਲੇ ਆਉਣ ਨਹੀਂ ਲੱਗੇ ਹੈਗੇ, ਕਹਿੰਦੇ ਵੀ ਛੋਟੇ ਆਉਂਦੇ ਨੇ। ਫਿਰ ਮੈਂ ਕਿਹਾ ਛੋਟੇ ਕੀ ਕਰਨੇ ਆ ਵੀ ਸਾਈਡ ਤੋਂ, ਫਿਰ ਛੋਟੇ ਛੋਟੇ ਰਹਿ ਜਾਣੇ ਆ ਵੀ, ਗੱਬੇ ਗੱਬੇ ਜੇ ਪਿਆ ਕਰਨਗੇ, ਹੈ ਨਾ। ਫਿਰ ਉਹ ਕਹਿੰਦੇ ਵੀ ਇੱਕ ਨਿਊ ਚੀਜ਼ ਆਈ ਆ ਵੀ ਤੁਸੀਂ ਇਹ ਨਾ ਇਹ ਲੈ ਲਓ, ਹੈ ਨਾ, ਵੀ ਤੁਸੀਂ ਕਟਿੰਗ ਕਰਕੇ ਜਿੱਡੇ ਸਾਈਜ਼ ਦੇ ਰੱਖਣੇ ਆ ਤੁਸੀਂ ਰੱਖ ਸਕਦੇ ਹੋ, ਹੈ ਨਾ। ਅਤੇ ਫਿਰ ਨਾ ਇਹ ਮੈਨੂੰ ਮਿਲਿਆ ਸੀਗਾ 380 ਰੁਪਈਏ ਦਾ, 380-385 ਦਾ, ਇੰਨੇ ਦਾ ਆਇਆ ਸੀਗਾ ਪੂਰਾ ਰੋਲ ਸੀਗਾ ਇਹ। ਫਿਰ ਉਹ ਕਟਿੰਗ ਕਰਕੇ ਨਹੀਂ ਸੀ ਦਿੰਦੇ, ਉਹ ਕਹਿੰਦੇ ਤੁਹਾਨੂੰ ਪੂਰਾ ਰੋਲ ਹੀ ਲੈਣਾ ਪੈਣਾ। ਫਿਰ ਮੈਂ ਪੂਰਾ ਰੋਲ ਹੀ ਲੈ ਲਿਆ ਸੀਗਾ, ਮੈਂ ਕਿਹਾ ਚਲੋ ਹੋਰ ਚੀਜ਼ ਦੇ ਕੰਮ ਆਜੂਗਾ, ਹੈ ਨਾ। ਅਤੇ ਇੱਥੇ ਫਿਰ ਮੈਂ ਇਹਨਾਂ ਨੂੰ ਵਾਸ਼ ਕਰਕੇ ਨਾਲ ਦੀ ਨਾਲ, ਹੈ ਨਾ, ਵਾਸ਼ ਕਰਕੇ ਨਾਲ ਦੀ ਨਾਲ ਅੰਦਰ ਕੱਪੜੇ ਦੇ ਨਾਲ ਸੁਕਾ ਲੈਂਦੀ ਸੀਗੀ ਅਤੇ ਨਾਲ ਹੀ ਰੱਖ ਲੈਂਦੀ ਸੀਗੀ। ਅਤੇ ਇੱਥੇ ਜੀ ਬਸ ਆਪਾਂ ਹੁਣ ਅੱਜ ਚੰਗੀ ਤਰ੍ਹਾਂ ਫਰਿੱਜ ਸਾਫ਼ ਕਰਕੇ, ਕਿਉਂਕਿ ਕਿੰਨੇ ਦਿਨ ਹੋ ਗਏ ਸੀ ਇਹ ਹੱਥੇ ਨਹੀਂ ਸੀ ਲੱਗਿਆ ਫਰਿੱਜ ਨੂੰ। ਅਤੇ ਚਲੋ ਵੈਸੇ ਤਾਂ ਇੰਨੀ ਗੰਦੀ ਹੁੰਦੀ ਵੀ ਨਹੀਂ ਹੈਗੀ, ਹੈ ਨਾ, ਕਿਉਂਕਿ ਮੈਟ ਵਿਛਾਉਣ ਕਰਕੇ ਨਾਲੇ ਫਿਰ ਆਪਾਂ ਡੇਲੀ ਕੁਛ ਨਾ ਕੁਛ ਤਾਂ ਚਲੋ ਇੰਨਾ ਸਾਫ਼ ਤਾਂ ਕਰਦੀ ਰਹਿੰਦੇ ਹਾਂ, ਹੱਥ ਪੱਲਾ ਮਾਰਦੀ ਰਹਿੰਦੇ ਹਾਂ, ਹੈ ਨਾ। ਤਾਂ ਕਰਕੇ ਫਿਰ ਮੈਂ ਕਿਹਾ ਚਲੋ ਅੱਜ ਵੀ ਮੈਂ ਮੈਟ ਵਗੈਰਾ ਵਾਸ਼ ਕਰ ਦਿੰਦੀ ਹਾਂ ਚੱਕ ਕੇ। ਕਾਫ਼ੀ ਦਿਨ ਹੋ ਗਏ ਸੀਗੇ ਮੈਟ ਵਗੈਰਾ ਨਹੀਂ ਸੀਗੇ ਵਾਸ਼ ਕੀਤੇ ਹੈਗੇ, ਅਤੇ ਇੱਥੇ ਮੈਂ ਅੰਦਰ ਸੁਕਾਉਣ ਚਲੇ ਗਈ ਸੀ, ਸੁਕਾ ਲਿਆਈ ਸੀਗੀ, ਅਤੇ ਹੁਣ ਨਾਲ ਦੀ ਨਾਲ ਇਹਨਾਂ ਨੂੰ ਵਿਛਾ ਦਾਂਗੇ, ਕਿਉਂਕਿ ਫਰਿੱਜ ਆਪਣੀ ਹੋ ਗਈ ਸੀਗੀ ਸਾਫ਼। ਅਤੇ ਬਾਕੀ ਹੋਰ ਸੁਣਾਓ ਜੀ, ਸਾਰੇ ਕਿਵੇਂ ਹੋ? ਠੀਕ ਠਾਕ ਹੋ? ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਅੱਜ ਹੈਗਾ ਜੀ ਸਾਵਣ ਦਾ ਮਹੀਨਾ ਸਾਰਿਆਂ ਨੂੰ, ਹੈ ਨਾ, ਸਾਵਣ ਮਹੀਨੇ ਦੀ ਸੰਗਰਾਂਦ ਅੱਜ, ਅਤੇ ਦਸਵੀਂ ਦਾ ਦਿਹਾੜਾ ਸਾਰਿਆਂ ਨੂੰ, ਵਾਹਿਗੁਰੂ ਤੰਦਰੁਸਤੀਆਂ ਬਖਸ਼ਣ, ਅਤੇ ਸਾਰੇ ਆਪਣੇ ਆਪਣੇ ਘਰਾਂ 'ਚ ਖੁਸ਼ ਰਹਿਣ, ਅਤੇ ਮਹੀਨਾ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ, ਹੈ ਨਾ। ਅਤੇ ਉਸ ਤੋਂ ਬਾਅਦ ਜੀ ਆਪਾਂ ਇੱਕ ਹੋਰ ਸੀਗਾ, ਮੈਂ ਭੁੱਲ ਗਈ ਸੀਗੀ, ਕਿਉਂਕਿ ਭੁੱਲ ਇਸ ਕਰਕੇ ਗਈ ਸੀਗੀ, ਨਹੀਂ ਆਪਣਾ ਕਈ ਵਾਰ ਦਿਮਾਗ ਕੰਮ ਕਰਦਾ। ਅਤੇ ਮੇਰਾ ਨਾ ਚੈਨਲ ਨੂੰ ਬਣਾਏ ਨੂੰ 1 ਸਾਲ ਕੰਪਲੀਟ ਹੋ ਗਿਆ ਸੀਗਾ, ਬਟ ਉਹ ਦਿਨ ਮੈਂ ਭੁੱਲੇ ਗਈ ਸੀਗੀ। ਮੈਂ ਕਿਹਾ ਚਲੋ ਮੈਂ ਅੱਜ ਤੁਹਾਨੂੰ ਦੱਸ ਦਿੰਦੀ ਹਾਂ, ਮੇਰੇ 1 ਸਾਲ ਕੰਪਲੀਟ ਹੋ ਗਿਆ ਯੂਟਿਊਬ 'ਤੇ ਆਈ ਹੋਈ ਨੂੰ, ਹੈ ਨਾ। ਅਤੇ ਉਸ ਤੋਂ ਬਾਅਦ ਜੀ ਹੁਣ ਇੱਥੇ ਆਪਾਂ ਇਹ ਹੈਗੇ ਨੇ ਮੈਂਗੋਸ ਜਿਹੜੇ ਪਹਿਲਾਂ ਲਿਆਂਦੇ ਹੋਏ ਸੀਗੇ, ਦੂਜੇ ਜਿਹੜੇ ਇਹ ਮੈਂ ਵਾਸ਼ ਕਰਕੇ ਰੱਖੇ ਹੋਏ ਸੀਗੇ, ਮੈਂ ਇਹਨਾਂ ਨੂੰ ਕੱਢ ਕੇ ਮੈਂ ਕਿਹਾ ਚਲੋ ਇਹ ਖਾਨੇ ਸਾਰੇ ਸਾਫ਼ ਕਰ ਲੈਂਦੇ ਹਾਂ ਸਬਜ਼ੀਆਂ ਵਗੈਰਾ ਵਾਲੇ, ਇੱਕ 'ਚ ਮੈਂ ਫਰੂਟਸ ਰੱਖ ਲੈਂਦੀ ਹੁੰਦੀ ਹਾਂ, ਇੱਕ 'ਚ ਫਿਰ ਮੈਂ ਸਬਜ਼ੀਆਂ ਵਗੈਰਾ ਵੈਜੀਟੇਬਲਸ ਰੱਖ ਲੈਂਦੀ ਹੁੰਦੀ ਹਾਂ ਨਾ। ਅਤੇ ਇਹਨਾਂ ਨੂੰ ਮੈਂ ਲੱਗ ਗਈ ਸੀਗੀ ਚੰਗੀ ਤਰ੍ਹਾਂ ਸਾਫ਼ ਕਰਨ, ਮੈਂ ਕਿਹਾ ਚਲੋ ਵੀ ਫਿਰ ਪਤਾ ਕੀ ਆ, ਸੁੱਕਾ ਸੁੱਕੇ ਜੇ ਮਤਲਬ ਕਿ ਸੁਕਾ ਕੇ ਜਿਹੜੀ ਚੀਜ਼ ਰੱਖਾਂਗੇ ਨਾ, ਫਿਰ ਖਰਾਬ ਨਹੀਂ ਹੁੰਦੀ ਫਰਿੱਜ, ਜੇ ਥੋੜ੍ਹਾ ਆਪਾਂ ਗਿੱਲਾ ਗਿੱਲਾ 'ਚ ਰੱਖ ਦਿੰਦੇ ਹਾਂ ਫਿਰ ਉਹ ਜਲਦੀ ਗਲ ਜਾਂਦੀਆਂ ਨੇ ਸਬਜ਼ੀਆਂ ਵਗੈਰਾ।
ਤਾਂ ਕਰਕੇ ਨਾ ਮੈਂ ਲਿਫਾਫਿਆਂ ਦੇ ਵਿੱਚ ਰੱਖਦੀ ਹਾਂ। ਫਿਰ ਮੈਨੂੰ ਇਹ ਹੁੰਦਾ ਵੀ ਆਪਣੀ ਕੱਢ ਕੇ ਰੱਖ ਦਿਉ, ਵਾਸ਼ ਕਰਕੇ ਨਾਲੇ ਸਾਫ਼ ਸੁਥਰੀ ਹੋ ਜਾਂਦੀ ਹੈ, ਨਾਲੇ ਫਿਰ ਸੁੱਕੀ ਸੁੱਕੀ ਜਿਹੀ ਚੀਜ਼ ਹੋ ਜਾਂਦੀ ਹੈ ਨਾ। ਅਤੇ ਉਸ ਤੋਂ ਬਾਅਦ ਜੀ ਆਪਾਂ ਆਪਣੇ ਫਰਿੱਜ ਸਾਰਾ ਕਿਚਨ ਸਾਫ਼ ਕਰਿਆ ਸੀ, ਕਿਚਨ 'ਚ ਖੰਡਾਰਾ ਤੁਸੀਂ ਪਿਆ ਦੇਖ ਰਹੇ ਸੀਗੇ ਕਿੰਨਾ ਜ਼ਿਆਦਾ ਪਿਆ ਹੋਇਆ ਸੀਗਾ ਸਫਾਈਆਂ, ਪਰ ਹਜੇ ਮੈਂ ਕਰਨੀਆਂ ਸੀਗੀਆਂ। ਇੱਥੇ ਮੈਂ ਆਪਣੇ ਇੱਕ ਤਾਂ ਮੈਂ ਪ੍ਰੈੱਸ ਵਾਲੇ ਕੱਪੜੇ ਸਾਂਭ ਆਈ ਸੀਗੀ, ਤੁਹਾਨੂੰ ਪਤਾ ਪ੍ਰੈੱਸ ਮੈਂ ਨਹੀਂ ਕਰਦੀ, ਪ੍ਰੈੱਸ ਮੈਂ ਕਰਵਾਉਂਦੀ ਹਾਂ ਕਿਉਂਕਿ ਮੈਨੂੰ ਸਭ ਤੋਂ ਜਿਹੜਾ ਗੰਦਾ ਕੰਮ ਆ ਪ੍ਰੈੱਸ ਲੱਗਦਾ, ਮੈਨੂੰ ਪ੍ਰੈੱਸ ਕਰਨਾ ਬਿਲਕੁਲ ਵੀ ਪਸੰਦ ਨਹੀਂ ਹੈਗੀ। ਅਤੇ ਹੋਰ ਕੰਮ ਮੈਂ ਸਾਰੇ ਆਪ ਕਰ ਲੈਂਦੀ ਹਾਂ ਆਪਣੇ ਘਰ ਦੇ, ਪਰ ਮੈਨੂੰ ਪ੍ਰੈੱਸ ਬਿਲਕੁਲ ਵੀ ਪਸੰਦ ਨਹੀਂ ਹੈਗੀ, ਤਾਂ ਕਰਕੇ ਫਿਰ ਉਹ ਅਸੀਂ ਕਰਵਾ ਲੈਂਦੇ ਹਾਂ। ਉਹ ਮੈਂ ਕੱਪੜੇ ਉੱਧਰ ਰੱਖਿਆ ਹੀ ਸੀਗੀ ਬੰਨ ਕੇ, ਪ੍ਰੈੱਸ ਵਾਲੇ ਇਹ ਸੀਗੇ ਜਿਹੜੇ ਵੀ ਨਹੀਂ ਕਰਵਾਉਣੇ ਸੀਗੇ, ਡੇਲੀ ਯੂਜ਼ 'ਚ ਬੱਚੇ ਯੂਜ਼ ਕਰਦੇ ਨੇ ਹੈ ਨਾ, ਜਿਵੇਂ ਲੋਰਾ ਵਗੈਰਾ ਹੋ ਗਈਆਂ, ਟੀ ਸ਼ਰਟਾਂ ਹੋ ਗਈਆਂ, ਇਹ ਫਿਰ ਮੈਂ ਤੈਅ ਕਰਕੇ ਰੱਖ ਦੂੰਗੀ। ਮੈਂ ਕਿਹਾ ਚਲੋ ਪਹਿਲਾਂ ਮੈਂ ਕੱਪੜੇ ਸਾਂਭਾ ਹੈ ਨਾ, ਕਿਉਂਕਿ ਜਿੰਨਾ ਚਿਰ ਕੱਪੜਿਆਂ ਦਾ ਖੰਡਾਰਾ ਜਿਹਾ ਨਹੀਂ ਨਾ ਚੱਕ ਹੁੰਦਾ, ਉਨਾ ਚਿਰ ਕੰਮ ਕਰੇ ਹੋਏ ਵੀ ਲੱਗਦੇ ਨਹੀਂ ਹੈਗੇ ਆਪਣੇ ਘਰ ਦੇ। ਮੈਨੂੰ ਤਾਂ ਕੱਪੜਿਆਂ ਦਾ ਗਾਹ ਜਿਹਾ ਬਿਲਕੁਲ ਵੀ ਪਸੰਦ ਨਹੀਂ ਹੈਗਾ ਵੀ ਕੱਪੜੇ 'ਚ ਪਏ ਹੋਣ ਥੋਂ ਥੋਂ, ਜਿੰਨਾ ਚਿਰ ਕੱਪੜੇ ਨਾ ਸਾਂਭੇ ਹੋਣ, ਚਾਹੇ ਜਿੰਨੀ ਮਰਜ਼ੀ ਸਫਾਈਆਂ ਕਰ ਲਓ ਤਾਂ ਵੀ ਘਰ ਗੰਦੇ ਦਾ ਗੰਦਾ ਹੀ ਲੱਗਦਾ ਹੈ ਨਾ। ਅਤੇ ਬਸ ਇੱਥੇ ਆਪਾਂ ਕੱਪੜੇ ਸਾਂਭ ਲਾਂਗੇ। ਫਿਰ ਉਸ ਤੋਂ ਬਾਅਦ ਤਾਂ ਜੀ ਬਸ ਮੈਂ ਰਾਹ ਝਾੜੂ ਪੋਚੇ ਹੀ ਰਹਿੰਦਾ ਸੀਗਾ। ਅੱਜ ਮੈਂ ਫਰਿੱਜ ਨੂੰ ਪਹਿਲਾਂ ਤਾਂ ਲੱਗ ਗਈ ਸੀਗੀ, ਮੈਂ ਕਿਹਾ ਵੀ ਮੈਂ ਪਹਿਲਾਂ ਜੇ ਝਾੜੂ ਪੋਚਾ ਕਰ ਤਾਂ ਬਾਅਦ 'ਚ ਫਰਿੱਜ ਕਰੂੰਗੀ ਹੈ ਨਾ, ਵਿੱਚੋਂ ਫਿਰ ਵੀ ਚਲੋ ਡਸਟਿੰਗ ਵਗੈਰਾ ਜੀ ਨਿਕਲ ਜਾਂਦੀ ਆ। ਜੋਤੀ ਮਤਲਬ ਕਿ ਮੇਰਾ ਦਿਓਰ ਘਰ ਆ ਗਿਆ, ਅਤੇ ਉਹਨੇ ਹੁਣ ਜਾਣਾ ਟੈਸਟ ਕਰਵਾਉਣ ਖੰਨੇ, ਅਤੇ ਤਾਂ ਕਰਕੇ ਮੈਂ ਉਹਨਾਂ ਕੋਲ ਚੱਲੀ ਸੀਗੀ, ਪਰ ਹੁਣ ਉਹ ਜੋਤੀ ਚੱਲਿਆ ਖੰਨੇ ਨੂੰ, ਮੇਰਾ ਦਿਓਰ। ਮੈਂ ਕਿਹਾ ਚਲੋ ਵੀ ਮੈਂ ਉਹਦੇ ਆਏ 'ਤੇ ਫਿਰ ਘਰ ਜਾ ਕੇ ਆਊਂਗੀ ਹੈ ਨਾ। ਗਗਨ ਵੀ ਵਿਚਾਰੀ ਬਿਮਾਰ ਹੋਈ ਪਈ, ਉਹਨੂੰ ਵੀ ਕਾਫੀ ਬੁਖਾਰ ਚੜ੍ਹ ਰਿਹਾ ਹੈ, ਅਤੇ ਉਹਨੂੰ ਮੈਂ ਕਿਹਾ ਚੱਲ ਤੂੰ ਰੈਸਟ ਕਰ ਲਾ ਵੀ ਮੈਂ ਸ਼ਾਮ ਨੂੰ ਇਹ ਆਊਂਗੀ। ਮੈਂ ਕੰਮ ਕਰਨ ਵੇਖ ਕੇ ਫ੍ਰੀ ਹੋ ਗਈ ਸੀਗੀ, ਮੈਂ ਕਿਹਾ ਚੱਲ ਮੈਂ ਉੱਧਰ ਜਾ ਆਊਂਗੀ ਵੀ ਚਲੋ ਵੀ ਬੰਦੇ ਦਾ ਅੱਧਾ ਦੁੱਖ ਘੱਟ ਜਾਂਦਾ ਹੈ ਨਾ। ਅਤੇ ਫਿਰ ਹੁਣ ਕੰਮ ਕਰ ਦੇਖੋ ਜੀ, ਆਪਾਂ ਸਾਰੇ ਕਰੇ ਹੋਏ ਨੇ, ਸਾਰੇ ਕੰਮ ਕਾਰ ਕਰੇ ਹੋਏ ਨੇ ਆਪਣੇ। ਇੱਧਰ ਅੱਜ ਮੈਂ ਇਹਦਾ ਸਟੋਰ ਦਾ ਗੇਟ ਖੁੱਲ੍ਹਾ ਛੱਡਿਆ ਹੋਇਆ ਕਿਉਂਕਿ ਹਵਾ ਲੱਗ ਜੂਗੀ, ਫਰਿੱਜ ਵੀ ਆਪਾਂ ਥੋੜ੍ਹਾ ਟਾਈਮ ਉਹਨੂੰ ਚਲਾ ਦਿੰਦੇ ਹੁੰਦੇ ਹਾਂ। ਅਤੇ ਇੱਧਰ ਵੀ ਆਪਣੇ ਸਾਰੇ ਕੰਮ ਕਾਰ ਨਿਬੜੇ ਹੋਏ ਨੇ, ਕਿਚਨ ਵਗੈਰਾ ਵੀ ਆਪਾਂ ਸਾਰੀ ਕਲੀਨ ਕੀਤੀ ਹੋਈ ਆ, ਅਤੇ ਫਰਿੱਜ ਆਪਾਂ ਨੇ ਕਲੀਨ ਕੀਤੀ ਸੀਗੀ ਅੱਜ, ਫਰਿੱਜ ਵੀ ਆਪਣੀ ਕਲੀਨ ਹੋ ਗਈ ਐਨ ਸਾਫ਼ ਸੁਥਰੀ, ਲਾਈਟ ਕਰੀ ਪਤਾ ਨਹੀਂ ਹੁਣ ਕਾਹਦਾ ਹੋਊਗੀ। ਮੈਂ ਵੀ ਮੈਂ ਥੋੜ੍ਹਾ ਜਿਹਾ ਕੋਕ, ਤੁਸੀਂ ਬਣੇ ਰਹੋ ਮੇਰੇ ਨਾਲ। ਗਰਮੀ ਇੰਨੀ ਜ਼ਿਆਦਾ ਹੈ ਨਾ, ਪੁੱਛੋ ਨਾ ਤੁਸੀਂ, ਬਹੁਤ ਗਰਮੀ ਆ। ਬੱਦਲ ਜੇ ਹੋ ਕੇ ਫਿਰ ਦੀਵਾਰ ਤੋਂ ਪਤਾ ਨਹੀਂ ਕਿਉਂ ਇੰਨੀ ਗਰਮੀ ਹੋ ਜਾਂਦੀ ਆ, ਮੀਂਹ ਵੀ ਨਹੀਂ ਪੈ ਰਹੇ ਹੈਗੇ ਇੱਕ ਤਾਂ, ਅਤੇ ਅੱਜ ਮੈਂ ਕੱਪੜੇ ਨਹੀਂ ਵਾਸ਼ ਕੀਤੇ। ਆਜੋ ਜੀ ਤੁਸੀਂ ਪੀ ਲਓ ਕੋਕ। ਬੱਚਾ ਪਾਰਟੀ ਗਈ ਹੋਈ ਹੈ ਸਕੂਲ, ਬਾਹਰ ਹਵਾ ਚੱਲੀ ਜਾਂਦੀ ਆ। ਦੇਖੋ ਬਾਹਰ ਨਾ ਹਵਾ ਚੱਲੀ ਜਾਂਦੀ ਆ, ਦਿਖਾਵਾਂ ਤੁਹਾਨੂੰ, ਅਮਰੂਦ ਵੀ ਲੱਗੇ ਹੋਏ ਆ ਆਪਣੇ। ਆਹ ਦੇਖੋ ਸਾਹਮਣੇ ਦਰਖਤ ਹਿੱਲ ਰਹੇ ਆ ਨਾ, ਅਤੇ ਉਹ ਅਮਰੂਦ ਲੱਗੇ ਹੋਏ ਨੇ, ਪਰ ਸੁੰਡ ਪੈ ਜਾਂਦੇ ਨੇ। ਦੇਖਦੇ ਹਾਂ ਵੀ ਕਿਹੋ ਜਿਹੇ ਨਿਕਲਣਗੇ ਇਸ ਵਾਰ। ਪਰ ਬਿਲਕੁਲ ਇਹ ਸ਼ੰਗਾਤਾ ਸੀਗਾ, ਬਾ ਕਾਫੀ ਵੱਡਾ ਸੀਗਾ, ਮੈਂ ਸਾਈਡ ਪਾਪਾ ਨੂੰ ਕਹਾਂ ਤੁਸੀਂ ਵੱਢ ਦਿਉ ਪਰੇ, ਹੁਣ ਸਟੋਰ ਦਾ ਗੇਟ ਲਾਏ ਦਿੰਦੇ ਹਾਂ।
ਬਾਕੀ ਚਲੋ ਜੀ, ਹੁਣ ਤੁਹਾਨੂੰ ਮੈਂ ਫਿਰ ਮਿਲਦੀ ਹਾਂ। ਹੁਣ ਥੋੜ੍ਹਾ ਟਾਈਮ ਮੈਂ ਰੈਸਟ ਜੀ ਕਰ ਲਾਂ, ਅਤੇ ਤੁਹਾਨੂੰ ਹੁਣ ਮੈਂ ਮਿਲੂੰਗੀ ਸ਼ਾਮ ਨੂੰ ਜਾਂ ਬੱਚੇ ਆਏ ਹਾਂ ਤਾਂ। ਹਾਂਜੀ ਫਰੈਂਡਸ, ਬੱਚੇ ਆ ਗਏ ਸਕੂਲ ਤੋਂ ਅਤੇ 3 ਦਾ ਟਾਈਮ ਹੋ ਗਿਆ, 3:45 ਵਜੇ ਜਿਹੜੀ 3 ਵੱਜਣੇ ਵਾਲੇ ਨੇ। ਅਤੇ ਆਪਾਂ ਹੁਣ ਬਣਾਵਾਂਗੇ ਪਰਾਂਠੇ, ਕਿਉਂਕਿ ਕਹਿ ਕੇ ਗਏ ਸੀਗੇ ਮੰਮਾ ਪਰਾਂਠੇ ਬਣਾ ਲਿਓ, ਅਤੇ ਆਟਾ ਸਵੇਰੇ ਆਪਾਂ ਗੁੰਨ ਲਿਆ ਸੀ। ਸਵੇਰ ਦਾ ਆਟਾ ਮੈਂ ਯੂਜ਼ ਕਰ ਲੈਂਦੀ ਹਾਂ, ਅਤੇ ਸਵੇਰ ਦਾ ਆਟਾ ਤਾਂ ਆਪਾਂ ਯੂਜ਼ ਕਰ ਲੈਂਦੇ ਹਾਂ, ਅਤੇ ਸ਼ਾਮ ਦਾ ਰਾਤ ਜਿਵੇਂ ਰਾਤ ਨੂੰ ਗੁੰਨ ਕੇ ਸਵੇਰ ਨੂੰ ਹੀ ਮੈਂ ਯੂਜ਼ ਕਰਦੀ ਹੈਗੀ। ਉਹ ਫਿਰ ਜੇ ਵੱਧ ਹੁੰਦਾ ਮੈਂ ਡੋਂਗੀ ਨੂੰ ਬਣਾ ਲੈਂਦੀ ਹਾਂ ਰੋਟੀ। ਅਤੇ ਹੁਣ ਆਪਾਂ ਇੱਕ ਇੱਕ ਅੱਧਾ ਪਰਾਂਠਾ ਬਣਾ ਕੇ ਖਾ ਲੈਂਦੇ ਹਾਂ। ਫੋਨ ਮਾੜਾ ਜਿਹਾ ਮੈਂ ਸੈੱਟ ਕਰਕੇ ਰੱਖ ਲਵਾਂ, 1 ਮਿੰਟ। ਇੱਕ ਮੈਂ ਛੋਟਾ ਵੀ ਸਟੈਂਡ ਲੈ ਕੇ ਆਉਣਾ ਹੈ ਵੀਡੀਓਸ ਬਣਾਉਣ ਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਮੈਂ ਆਪਣਾ ਦੇਸੀ ਘਿਓ ਯੂਜ਼ ਕਰਦੀ ਹਾਂ, ਘਰ ਦਾ ਬਣਾਇਆ ਹੋਇਆ ਜੋ ਮੈਂ ਖੁਦ ਆਪ ਬਣਾਉਂਦੀ ਹਾਂ। ਮੁੱਲ ਨਹੀਂ ਲੈਂਦੇ ਹੈਗੇ ਅਸੀਂ, ਬਾਕੀ ਮੈਂ ਫਰਿੱਜ 'ਚ ਰੱਖਿਆ ਹੋਇਆ ਕਿਉਂਕਿ ਗਰਮੀ ਕਰਕੇ ਮੈਨੂੰ ਇਹ ਬਾਹਰ ਪਿਆ ਖਰਾਬ ਨਾ ਹੋ ਜਾਵੇ, ਜਿੰਨਾ ਕੁ ਚਾਹੀਦਾ ਹੁੰਦਾ ਫਿਰ ਮੈਂ ਇਹਦੇ 'ਚ ਕੱਢ ਲੈਂਦੀ ਹੁੰਦੀ ਹਾਂ। ਬਾਕੀ ਸਾਰਾ ਮੈਂ ਫਰਿੱਜ 'ਚ ਰੱਖਿਆ ਹੋਇਆ। 1 ਮਿੰਟ ਜੀ, ਫੋਨ ਦੀ ਦਿੱਕਤ ਆਊਗੀ, ਥੋੜ੍ਹਾ ਜਿਹਾ ਫੋਨ ਹਿੱਲੂਗਾ, ਮੈਂ ਨਾ ਥੋੜ੍ਹਾ ਜਿਹਾ ਸਮਾਨ ਕੱਢ ਲਵਾਂ। ਹਾਂਜੀ, ਇੱਥੇ ਮੈਂ ਬੱਚਿਆਂ ਨੂੰ ਪਰਾਂਠੇ ਬਣਾ ਕੇ ਦੇਣ ਲੱਗ ਗਈ ਸੀ। ਪਰਾਂਠੇ ਮਤਲਬ ਕਿ ਵਿੱਚ ਨਾ ਲੂਣ ਮਿਰਚ ਵਗੈਰਾ ਪਾ ਕੇ ਨਾ ਉਹ ਥੋੜ੍ਹੇ ਕੁਰਕਰੇ ਕੁਰਕਰੇ ਜਿਹੇ ਖਾਂਦੇ ਨੇ, ਫਿਰ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਰਾੜ ਲੈਂਦੀ ਹੁੰਦੀ ਹਾਂ ਘੱਟ ਗੈਸ ਕਰਕੇ, ਦੱਬ ਦੱਬ ਕੇ ਫਿਰ ਉਹ ਨਾ ਕੁਰਕਰੇ ਜਿਹੇ ਬਣ ਜਾਂਦੇ ਨੇ। ਫਿਰ ਕਹਿੰਦੇ ਮੰਮਾ ਸਾਨੂੰ ਉਹ ਬਣਾ ਕੇ ਦੇ ਦਿਓ, ਫਿਰ ਮੈਂ ਉਹ ਬਣਾ ਕੇ ਦਿੱਤੇ ਸੀਗੇ ਬੱਚਿਆਂ ਨੂੰ। ਅਤੇ ਸਾਰਿਆਂ ਦਾ ਜੀ ਬਹੁਤ ਬਹੁਤ ਥੈਂਕ ਯੂ, ਜਿਨ੍ਹਾਂ ਨੇ ਵੀ ਹੈ ਨਾ ਜੋਤੀ ਦੇ ਲਈ ਮਤਲਬ ਕਿ ਅਰਦਾਸ ਕੀਤੀਆਂ ਸੀਗੀਆਂ। ਮੇਰੀਆਂ ਭੈਣਾਂ ਨੇ ਬਹੁਤ, ਵੀਰਾਂ ਨੇ ਹੈ ਨਾ ਸਾਰਿਆਂ ਨੇ ਕਿਹਾ ਸੀਗਾ ਵੀ ਕੋਈ ਨਾ ਅਸੀਂ ਸਾਰੇ ਅਰਦਾਸ ਕਰਾਂਗੇ, ਸਾਰਿਆਂ ਨੇ ਕੀਤੀਆਂ ਵੀ ਨੇ ਹੈ ਨਾ, ਚਲੋ ਵਾਹਿਗੁਰੂ ਨੇ ਸਾਰਿਆਂ ਦੇ ਵਿੱਚੋਂ ਹੁਣ ਸਾਰਿਆਂ ਦੀ ਸੁਣੀ ਵੀ ਆ। ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਉਹ ਹੁਣ ਠੀਕ ਆ, ਘਰ ਆ ਗਿਆ ਆਪਣੇ ਹੈ ਨਾ, ਤੰਦਰੁਸਤ ਆ, ਵਾਹਿਗੁਰੂ ਉਹਨੂੰ ਜੋ ਵੀ ਹੈ ਸਾਰਾ ਹੁਣ ਤੰਦਰੁਸਤੀ ਰੱਖੇ ਹੈ ਨਾ। ਅਤੇ ਇੱਥੇ ਜੀ ਬਸ ਹੁਣ ਆਪਾਂ ਆਪਣਾ ਲੱਗੇ ਹੋਏ ਸੀਗੇ ਪਰਾਂਠੇ, ਮੈਂ ਕਿਹਾ ਬੱਚਿਆਂ ਨੂੰ ਕਿਹਾ, ਮੈਂ ਕਿਹਾ ਤੁਸੀਂ ਚਾਹ ਬਣਾ ਦਿੰਦੀ ਆ, ਚਾਹ ਤੁਹਾਨੂੰ ਪਤਾ ਹੀ ਆ ਵੀ ਅਸੀਂ ਚਾਹ ਵਗੈਰਾ ਨਹੀਂ ਇੰਨੇ ਪੀਂਦੇ, ਮੇਰੇ ਬੱਚਿਆਂ ਨੂੰ ਵੀ ਇੰਨੀ ਜ਼ਿਆਦਾ ਪਸੰਦ ਨਹੀਂ ਹੈ। ਕਹਿੰਦੇ ਨਹੀਂ ਮੰਮਾ ਚਾਹ ਨਹੀਂ ਪੀਣੀ ਹੈਗੀ, ਅਸੀਂ ਇੱਦਾਂ ਹੀ ਖਾਣੇ ਆ, ਸਾਨੂੰ ਕੁਰਕਰੇ ਕੁਰਕਰੇ ਜਿਹੇ ਬਣਾ ਕੇ ਦੇ ਦਿਓ ਹੈ ਨਾ। ਅਤੇ ਫਿਰ ਮੈਂ ਕਿਹਾ ਦਹੀਂ ਨਾ ਖਾ ਲਓ, ਕਹਿੰਦੇ ਨਹੀਂ, ਫਿਰ ਕਹਿੰਦੇ ਦਹੀਂ ਨਾਲ ਵੀ ਨਹੀਂ ਖਾਣੇ, ਅਸੀਂ ਇੱਦਾਂ ਹੀ ਖਾਣੇ ਨੇ। ਫਿਰ ਉਹਨਾਂ ਨੇ ਇੱਦਾਂ ਹੀ ਖਾਧੇ ਸੀਗੇ।
ਅਤੇ ਮੈਂ ਪਰਾਂਠੇ ਬਣਾ ਤੇ ਸੀਗੇ। ਅਤੇ ਬਾਕੀ ਜੇ ਤੁਹਾਨੂੰ ਮੇਰੇ ਅੱਜ ਦਾ ਵਲੋਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਮੇਰੇ ਵਲੋਗ ਕਿਵੇਂ ਦੇ ਲੱਗਦੇ ਨੇ। ਜੇ ਤੁਹਾਨੂੰ ਮੇਰੇ ਵਲੋਗ ਵਧੀਆ ਲੱਗਦੇ ਨੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ। ਅਤੇ ਬਸ ਜੀ, ਇੱਥੇ ਫਿਰ ਬੱਚਿਆਂ ਨੂੰ ਮੈਂ ਦੇ ਕੇ ਮਤਲਬ ਕਿ ਉਸ ਤੋਂ ਬਾਅਦ ਬੱਚਿਆਂ ਨੂੰ ਫਿਰ ਮੈਂ ਬਨਾਨਾ ਸ਼ੇਕ ਬਣਾ ਕੇ ਦੇਤਾ ਸੀਗਾ। ਕਹਿੰਦੇ ਮੰਮਾ ਹਾਂ ਬਨਾਨਾ ਸ਼ੇਕ ਪੀ ਲਾਂਗੇ, ਵੀ ਸਾਨੂੰ ਠਹਿਰ ਕੇ ਦੇ ਦਿਓ, ਬਨਾਨਾ ਸ਼ੇਕ ਬਣਾ ਦਿਓ। ਫਿਰ ਮੈਂ ਬਨਾਨਾ ਸ਼ੇਕ ਬਣਾਤਾ ਸੀਗਾ ਕਿਉਂਕਿ ਮੇਰੇ ਬੱਚੇ ਵੀ ਜ਼ਿਆਦਾ ਚਾਹ ਦੇ ਸ਼ੌਕੀਨ ਨਹੀਂ ਹੈਗੇ, ਅਸੀਂ ਕੋਈ ਵੀ ਇੰਨੀ ਜ਼ਿਆਦਾ ਚਾਹ ਨਹੀਂ ਪੀਂਦੇ ਹੈਗੇ। ਬਸ ਇੱਥੇ ਆਪਾਂ ਪਰਾਂਠੇ ਬਣਾ ਲਏ ਸੀਗੇ, ਬੱਚਿਆਂ ਨੂੰ ਦੇਤੇ ਸੀਗੇ। ਹਾਂਜੀ ਫਰੈਂਡਸ, 10 ਵੱਜ ਗਏ ਅਤੇ ਸਰਦਾਰ ਸਾਹਿਬ ਜੀ ਪਏ ਆ। ਸਤਿ ਸ਼੍ਰੀ ਅਕਾਲ ਲਾ ਦਿਓ ਸਾਰਿਆਂ ਨੂੰ, ਇਹ ਸਲੂਟੇ ਮਾਰਦੇ ਹੁੰਦੇ ਨੇ। ਅਤੇ ਇੱਧਰ ਅਭਿਜੋਤ, ਸਤਿ ਸ਼੍ਰੀ ਅਕਾਲ। ਚਲੋ ਜੀ, ਹੁਣ ਅਸੀਂ ਆਪਣਾ ਵਲੋਗ ਦਾ ਐਂਡ ਕਰਦੇ ਹਾਂ। ਮਿਲਾਂਗੇ ਤੁਹਾਨੂੰ ਕੱਲ ਨੂੰ ਫਿਰ ਨਿਊ ਵਲੋਗ ਦੇ ਨਾਲ, ਨਵੀਂ ਸ਼ੁਰੂਆਤ ਦੇ ਨਾਲ। ਜੇ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਪਿਆਰੇ ਪਿਆਰੇ ਕਮੈਂਟ ਕਰਕੇ ਜ਼ਰੂਰ ਜਾਇਓ, ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਜੀ। ਕੱਲ ਨੂੰ ਮਿਲਦੇ ਹਾਂ ਜੀ ਫਿਰ ਹੁਣ ਆਪਾਂ ਨਵੀਂ ਜੀ ਸ਼ੁਰੂਆਤ ਦੇ ਨਾਲ। ਓਕੇ ਜੀ, ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ, ਸਵੀਟ ਡ੍ਰੀਮ, ਬਾਏ ਬਾਏ।